ਰਾਣੀ ਲੂਣਾ ਨੇ ਪੂਰਨ ਤੇ ਝੂਠੀਆਂ ਤੋਹਮਤਾਂ ਲਾ ਦਿੱਤੀਆਂ ਤੇ ਰਾਜੇ ਸਲਵਾਨ ਨੇ ਪੂਰਨ ਨੂੰ ਬੁਲਾ ਕੇ ਦਰਬਾਰ ਦੇ ਵਿੱਚ ਮਾਰਕੋ ਦੇ ਗਲ ਹਥਾ ਸਿੱਟ ਦਿੱਤਾ। ਰਾਜਾ ਗੁੱਸੇ ਵਿੱਚ ਆ ਕੇ ਜਲਾਦਾਂ ਨੂੰ ਇੱਕ ਹੁਕਮ ਦੇਣ ਲੱਗਾ ਤਾਂ ਪੂਰਨ ਰਾਜੇ ਅੱਗੇ ਇੱਕ ਫਰਿਆਦ ਕਰਦਾ, ਜ਼ਰਾ ਗੌਰ ਨਾਲ ਸੁਣਨਾ ਇਹ। ਠੀਕ ਹੈ, ਹਲਾਰ ਕੋ ਲੈ ਤੂਰੇ।
ਆਪੀ ਰਾਜਿਆ